ਦੇ ਢੇਰ ਬਾਜ਼ਾਰਾਂ 'ਚ ਖੜਾ ਗੰਦਾ ਪਾਣੀ ਤੇ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂ। ਤਸਵੀਰਾਂ ਜਲੰਧਰ ਦੇ ਨੇੜਲੇ ਸ਼ਹਿਰ ਕਰਤਾਰਪੁਰ ਦੀਆਂ ਨੇ, ਜਿੱਥੇ ਲੋਕ ਸ਼ਹਿਰ ਦੀ ਖਸਤਾ ਹਾਲਤ ਕਾਰਨ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ ਨੇ। ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਨੇ ਕਿ ਆਮ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਹਾਲ ਹੋਇਆ ਪਿਆ। ਜਿੱਥੇ ਇੱਕ ਪਾਸੇ ਗੰਦਗੀ ਦੇ ਢੇਰਾਂ ਦੀ ਬਦਬੂ ਤੇ ਸੜਕਾਂ 'ਤੇ ਖੜਾ ਗੰਦਾ ਪਾਣੀ ਬਿਮਾਰੀਆਂ ਨੂੰ ਜਨਮ ਦੇ ਰਿਹਾ, ਉੱਥੇ ਸੜਕਾਂ 'ਤੇ ਅਵਾਰਾ ਪਸ਼ੂ ਮੌਤ ਬਣ ਕੇ ਘੁੰਮਦੇ ਦਿਖਾਈ ਦੇ ਰਹੇ ਨੇ। ਇਹਨਾਂ ਸਮੱਸਿਆ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਦੇ ਵੱਲੋਂ ਹਲਕਾ ਵਿਧਾਇਕ ਦੇ ਨਾਲ ਮੁਲਾਕਾਤ ਕਰ ਇੱਕ ਮੰਗ ਪੱਤਰ ਸੌਂਪਿਆ ਗਿਆ। ਅਸੀਂ ਅੱਜ ਆਪਣੇ ਸ਼ਹਿਰ ਦੀ ਸਫਾਈ ਬਾਰੇ ਔਰ ਅਵਾਰਾ ਪਸ਼ੂਆਂ ਬਾਰੇ ਜੋ ਪ੍ਰੋਬਲਮ ਆ ਰਹੀਆਂ ਸੀ ਸਾਰਿਆਂ ਨੂੰ, ਉਹਦੇ ਬਾਰੇ ਅੱਜ ਆਪਣੇ MLA ਸਾਹਿਬ ਨੂੰ ਮਿਲਣ ਆਏ ਸੀ ਇੱਥੇ, ਔਰ ਆਪਣੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਸਾਡੀ, ਵੀ ਆਹ ਸਾਡੇ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਰਹੀ ਆ, ਵੀ ਉਹਨਾਂ ਨੇ ਇਸ ਬਾਰੇ ਹੱਲ ਕੀਤਾ। ਸਾਨੂੰ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਸ ਬਾਰੇ ਹੱਲ ਕੀਤਾ ਜਾਏਗਾ ਇਸ ਚੀਜ਼ ਦਾ, ਔਰ ਜਿਹੜੀ ਆਪਣੇ ਅਵਾਰਾ ਪਸ਼ੂਆਂ ਦੀ ਗੱਲ ਆ ਕਿ ਉਹਨਾਂ ਦਾ ਵੀ ਜਲਦੀ ਤੋਂ ਜਲਦੀ ਹੱਲ ਕਰ ਦਾਂਗੇ। ਜਦੋਂ ਦੂਜੇ ਪਾਸੇ ਇਸ ਸੰਬੰਧੀ ਹਲਕਾ ਵਿਧਾਇਕ ਨਾਲ ਗੱਲ ਕੀਤੀ ਤਾਂ ਉਹਨਾਂ ਇਹਨਾਂ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਇਸ ਦੇ ਨਾਲ ਲੋਕਾਂ ਤੋਂ ਸਹਿਯੋਗ ਵੀ ਮੰਗਿਆ। ਅਵਾਰਾ ਪਸ਼ੂਆਂ ਦਾ ਅਸੀਂ ਇਹੀ ਇਲਾਜ ਕੀਤਾ ਕਿ ਜਿਹੜੀ ਅਸੀਂ ਜ਼ਮੀਨ ਲੱਭੀ ਹੈ ਨਗਰ ਕੌਂਸਲ ਦੀ, ਅਸੀਂ ਉਹਦੇ ਵਿੱਚੋਂ ਜਿਹੜੀ ਜ਼ਮੀਨ ਦਾ ਕੋਈ ਜ਼ਮੀਨ ਅਸੀਂ ਦੇ ਦੇਵਾਂਗੇ ਗਊਸ਼ਾਲਾ ਨੂੰ ਦੇਵਾਂਗੇ, ਜਿਹਦੇ ਵਿੱਚ ਕਿ ਜਿਹੜੇ ਅਵਾਰਾ ਪਸ਼ੂ ਹੈਗੇ ਉਹ ਰੱਖੇ ਜਾਣਗੇ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਜਿਹੜੀ ਉਹ ਕੀਤੀ ਜਾਊਗੀ। ਉਦੋਂ ਤੱਕ ਇਲਾਜ ਜਿਹੜਾ ਹੈਗਾ ਉਦੋਂ ਤੱਕ ਤਾਂ ਇਹੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਮਤਲਬ ਇਹਨਾਂ ਨੂੰ ਕਿਤੇ ਸਾਈਡ ਸੂਈਡ 'ਤੇ ਕਿਤੇ ਕਰ ਦਿਆ ਕਰੀਏ, ਜਾਂ ਕਿਉਂਕਿ ਪਸ਼ੂਆਂ ਦੇ ਨਾਲ ਮਤਲਬ ਜਿਹੜੇ ਆਪਣੇ ਲੋਕ ਹੈ ਉਹਨਾਂ ਦੇ ਐਕਸੀਡੈਂਟ ਹੁੰਦੇ ਆ, ਔਰ ਪਸ਼ੂਆਂ ਦੀ ਬਦੌਲਤ ਮਤਲਬ ਬੰਦੇ ਜਿਹੜੇ ਆ ਉਹ ਮਰੀ ਜਾ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰਾਂ 'ਚ ਘੁੰਮਦੇ ਅਵਾਰਾ ਪਸ਼ੂਆਂ ਦੇ ਕਾਰਨ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਨੇ, ਜਿਸ ਤੋਂ ਬਾਅਦ ਹੁਣ ਕਰਤਾਰਪੁਰ ਸ਼ਹਿਰ ਦੇ ਲੋਕਾਂ ਨੂੰ ਇਸ ਦੀ ਚਿੰਤਾ ਸਤਾ ਰਹੀ ਹੈ। ਕਰਤਾਰਪੁਰ ਤੋਂ ਰਕੇਸ਼ ਭਾਰਤੀ ਦੀ ਰਿਪੋਰਟ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।